ਖਿਟੌਣਿਆਂ ਦੀ ਦੁਕਾਨ ਦੇ ਬਾਹਰ ਖੜੀ ਸਾਈਕਲ ਨੂੰ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਸਾਹਮਣੇ ਤੋਂ ਸਾਈਕਲ ਦੇ ਉੱਤੇ ਆ ਰਹੇ ਨੇ ਤੇ ਇੱਕ ਸ਼ਖਸ ਉੱਥੋਂ ਤੁਰ ਕੇ ਜਾ ਰਿਹਾ ਹੁੰਦਾ ਹੈ ਤੇ ਜਿਵੇਂ ਹੀ ਉਹ ਉਸ ਨੂੰ ਕ੍ਰੋਸ ਕਰਦੇ ਨੇ ਤਾਂ ਉਸ ਸ਼ਖਸ ਦੀ ਨਿਗਾ ਇੱਕ ਦੁਕਾਨ ਦੇ ਬਾਹਰ ਖੜੀ ਸਾਈਕਲ ਦੇ ਉੱਤੇ ਪੈਂਦੀ ਹੈ ਅਤੇ ਉਹ ਮੌਕਾ ਦੇਖ ਕੇ ਸਾਈਕਲ ਨੂੰ ਚੁੱਕ ਕੇ ਫਰਾਰ ਹੋ ਜਾਂਦਾ ਹੈ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਸੜਕ ਦੇ ਉੱਤੇ ਲੰਘ ਰਿਹਾ ਹੈ ਹਾਲਾਂਕਿ ਸੜਕ ਰਿਪੀਟ ਹਾਲਾਂਕਿ ਸੜਕ ਦੇ ਉੱਤੇ ਆਵਾਜਾਈ ਵੀ ਤੇਜ਼ ਹੈ ਪਰ ਕਿਤੇ ਨਾ ਕਿਤੇ ਕਹਿਆ ਜਾ ਸਕਦਾ ਹੈ ਕਿ ਹੁਣ ਚੋਰਾਂ ਨੂੰ ਕੋਈ ਵੀ ਡਰ ਨਜ਼ਰ ਨਹੀਂ ਆ ਰਿਹਾ ਅਤੇ ਬੜੇ ਆਰਾਮ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਚੋਰ ਦੇ ਵੱਲੋਂ ਸਾਈਕਲ ਨੂੰ ਚੁੱਕਿਆ ਗਿਆ ਹੈ ਹਾਲਾਂਕਿ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਵੀ ਜ਼ਰੂਰ ਹੋਈਆਂ ਨੇ ਤੇ ਉਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਕਿਵੇਂ ਸਾਈਕਲ ਨੂੰ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੱਕਣਾ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਖਿਡੌਣਿਆਂ ਦੀ ਦੁਕਾਨ ਦੇ ਬਾਹਰ ਖੜੀ ਸਾਈਕਲ ਚੋਰੀ ਹੋਈ ਹੈ ਤੇ ਸਾਰੀ ਵਾਰਦਾਤ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਵੀ ਹੋ ਗਈ ਹੈ। ਘਟੌਣਿਆ ਦੀ ਦੁਕਾਨ ਦੇ ਬਾਹਰ ਖੜੀ ਸਾਈਕਲ ਨੂੰ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਸਾਹਮਣੇ ਤੋਂ ਸਾਈਕਲ ਦੇ ਉੱਤੇ ਆ ਰਹੇ ਨੇ ਤੇ ਇੱਕ ਸ਼ਖਸ ਉੱਥੋਂ ਤੁਰ ਕੇ ਜਾ ਰਿਹਾ ਹੁੰਦਾ ਹੈ ਤੇ ਜਿਵੇਂ ਹੀ ਉਹ ਉਸ ਨੂੰ ਕ੍ਰੋਸ ਕਰਦੇ ਨੇ ਤਾਂ ਉਸ ਸ਼ਖਸ ਦੀ ਨਿਗਾ ਇੱਕ ਦੁਕਾਨ ਦੇ ਬਾਹਰ ਖੜੀ ਸਾਈਕਲ ਦੇ ਉੱਤੇ ਪੈਂਦੀ ਹੈ ਅਤੇ ਉਹ ਮੌਕਾ ਦੇਖ ਕੇ ਸਾਈਕਲ ਨੂੰ ਝੁੱਕ ਕੇ ਫਰਾਰ ਹੋ ਜਾਂਦਾ ਹੈ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਸੜਕ ਦੇ ਉੱਤੇ ਲੰਘ ਰਿਹਾ ਹੈ ਹਾਲਾਂਕਿ ਸੜਕ ਰਿਪੀਟ ਹਾਲਾਂਕਿ ਸੜਕ ਦੇ ਉੱਤੇ ਆਵਾਜਾਈ ਵੀ ਤੇਜ਼ ਹੈ ਪਰ ਕਿਤੇ ਨਾ ਕਿਤੇ ਕਹਿਆ ਜਾ ਸਕਦਾ ਹੈ ਕਿ ਹੁਣ ਚੋਰਾਂ ਨੂੰ ਕੋਈ ਵੀ ਡਰ ਨਜ਼ਰ ਨਹੀਂ ਆ ਰਿਹਾ ਅਤੇ ਬੜੇ ਆਰਾਮ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਚੋਰ ਦੇ ਵੱਲੋਂ ਸਾਈਕਲ ਨੂੰ ਚੁੱਕਿਆ ਗਿਆ ਹੈ ਹਾਲਾਂਕਿ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਵੀ ਜ਼ਰੂਰ ਹੋਈਆਂ ਨੇ ਤੇ ਉਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਕਿਵੇਂ ਸਾਈਕਲ ਨੂੰ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਕਟਣਾ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਖਿਡੌਣਿਆਂ ਦੀ ਦੁਕਾਨ ਦੇ ਬਾਹਰ ਖੜੀ ਸਾਈਕਲ ਚੋਰੀ ਹੋਈ ਹੈ ਤੇ ਸਾਰੀ ਵਾਰਦਾਤ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਵੀ ਹੋ ਗਈ ਹੈ। ਘਟੌਣਿਆ ਦੀ ਦੁਕਾਨ ਦੇ ਬਾਹਰ ਖੜੀ ਸਾਈਕਲ ਨੂੰ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਸਾਹਮਣੇ ਤੋਂ ਸਾਈਕਲ ਦੇ ਉੱਤੇ ਆ ਰਹੇ ਨੇ ਤੇ ਇੱਕ ਸ਼ਖਸ ਉੱਥੋਂ ਤੁਰ ਕੇ ਜਾ ਰਿਹਾ ਹੁੰਦਾ ਹੈ ਤੇ ਜਿਵੇਂ ਹੀ ਉਹ ਉਸ ਨੂੰ ਕ੍ਰੋਸ ਕਰਦੇ ਨੇ ਤਾਂ ਉਸ ਸ਼ਖਸ ਦੀ ਨਿਗਾ ਇੱਕ ਦੁਕਾਨ ਦੇ ਬਾਹਰ ਖੜੀ ਸਾਈਕਲ ਦੇ ਉੱਤੇ ਪੈਂਦੀ ਹੈ ਅਤੇ ਉਹ ਮੌਕਾ ਦੇਖ ਕੇ ਸਾਈਕਲ ਨੂੰ ਝੁੱਕ ਕੇ ਫਰਾਰ ਹੋ ਜਾਂਦਾ ਹੈ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਸੜਕ ਦੇ ਉੱਤੇ ਲੰਘ ਰਿਹਾ ਹੈ ਹਾਲਾਂਕਿ ਸੜਕ ਰਿਪੀਟ ਹਾਲਾਂਕਿ ਸੜਕ ਦੇ ਉੱਤੇ ਆਵਾਜਾਈ ਵੀ ਤੇਜ਼ ਹੈ ਪਰ ਕਿਤੇ ਨਾ ਕਿਤੇ ਕਹਿਆ ਜਾ ਸਕਦਾ ਹੈ ਕਿ ਹੁਣ ਚੋਰਾਂ ਨੂੰ ਕੋਈ ਵੀ ਡਰ ਨਜ਼ਰ ਨਹੀਂ ਆ ਰਿਹਾ ਅਤੇ ਬੜੇ ਆਰਾਮ ਦੇ ਨਾਲ ਕਹਿਆ ਜਾ ਸਕਦਾ ਹੈ ਕਿ ਇਸ ਚੋਰ ਦੇ ਵੱਲੋਂ ਸਾਈਕਲ ਨੂੰ ਚੁੱਕਿਆ ਗਿਆ ਹੈ ਹਾਲਾਂਕਿ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਵੀ ਜ਼ਰੂਰ ਹੋਈਆਂ ਨੇ ਤੇ ਉਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਕਿਵੇਂ ਸਾਈਕਲ ਨੂੰ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੱਕਣਾ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਖਿਡੌਣਿਆਂ ਦੀ ਦੁਕਾਨ ਦੇ ਬਾਹਰ ਖੜੀ ਸਾਈਕਲ ਚੋਰੀ ਹੋਈ ਹੈ ਤੇ ਸਾਰੀ ਵਾਰਦਾਤ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਵੀ ਹੋ ਗਈ ਹੈ